ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ ਤੇ ਆਪ ਸਾਰੀਆਂ ਸੰਗਤਾਂ ਦਾ ਮੈਂ ਫਿਰ ਹਾਰਦਿਕ ਸਵਾਗਤ ਕਰਦਾ ਹਾਂ ਆਪ ਜੀ ਦਾ ਦਾਸਰਾ ਪ੍ਰੋਫੈਸਰ ਸੁਰਿੰਦਰ ਸਿੰਘ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੱਲ ਤੋਂ ਲੈ ਕੇ ਹੁਣ ਤੱਕ ਅਸੀਂ ਸਿੱਖ ਚੈਨਲ ਰਾਹੀਂ ਆਪ ਜੀ ਨੂੰ ਜੋ ਵੀ ਤਾਜ਼ੀਆਂ ਤਾਜ਼ੀਆਂ ਖਬਰਾਂ ਨੇ ਉਹ ਆਪ ਜੀ ਨੂੰ ਦੱਸ ਰਿਹਾ ਜਿਵੇਂ ਕਿ ਆਪ ਸਾਰੇ ਪਲੀਪਾਤ ਜਾਣਦੇ ਹੋ ਕਿ ਜੋ ਕੱਲ ਅਮਰੀਕਾ ਵਿੱਚ ਵਿਸਕonsਿਨ ਜੋ ਕਿ ਗੁਰਦੁਆਰਾ ਅਮਰੀਕਾ ਵਿੱਚ ਹੈ ਉੱਥੇ 6 ਸਾਡੇ ਸਿੱਖ ਵੀਰਾਂ ਦੀ ਜੋ ਕਿ ਸਿੱਧੀ ਹੋ ਚੁੱਕੀ ਹੈ ਔਰ ਉਸ ਤੋਂ ਉਪਰੰਤ 4 ਸੱਜਣਾਂ ਦਾ ਪਤਾ ਲੱਗਾ ਹੈ ਕਿ ਬਹੁਤ ਹੀ ਸੀਰੀਅਸ ਐਸ ਵਾਲੇ ਹਾਲਾਤ ਜਿਹੜੇ ਤੇ ਆਪ ਸਾਰੇ ਜਾਣਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਅੱਜ ਦੇ ਜੋ ਐਪੀਸੋਡ ਵਿੱਚ ਕਿ ਆਪ ਜੀ ਨੂੰ ਹੋਰ ਵੀ ਜੋ ਲੇਟੈਸਟ ਖਬਰਾਂ ਨੇ ਆਪ ਤੱਕ ਪਹੁੰਚਾਈਆਂ ਜਾ ਸਕਣ ਉਥੋਂ ਜੋ ਸਾਨੂੰ ਤਾਜੀ ਤਾਜੀ ਖ਼ਬਰਾਂ ਮਿਲ ਰਹੀਆਂ ਨੇ ਅਗਰ ਆਪ ਜੀ ਪਾਸ ਵੀ ਕੋਈ ਤਾਜੀ ਖ਼ਬਰ ਹੈ ਜਾਂ ਆਪ ਜੀ ਕਿਸੇ ਰਿਸ਼ਤੇਦਾਰ ਨੂੰ ਵੀਰ ਭੈਣ ਭਾਈ ਨੂੰ ਆਪ ਜੀ ਨੇ ਉਥੋਂ ਕੰਟੈਕਟ ਕੀਤਾ ਹੈ ਤੇ ਸਾਨੂੰ ਫੋਨ ਕਰਕੇ ਦੱਸਣ ਦੀ ਖਿਚਲ ਕਰੋ ਕਿ ਉਥੇ ਆਪ ਜੀ ਪਾਸ ਕੀ ਤਾਜੀ ਖ਼ਬਰ ਹੈ ਅਗਰ ਅਮਰੀਕਾ ਵਿੱਚ ਕੋਈ ਮੇਰਾ ਵੀਰ ਭੈਣ ਭਾਈ ਸਾਨੂੰ ਇਸ ਵੇਲੇ ਦੇਖ ਰਿਹਾ ਸੁਣ ਰਿਹਾ ਹੈ ਉਹਨਾਂ ਪਾਸ ਲੇਟੈਸਟ ਨਿਊਜ਼ ਹੈ ਤੇ ਤੁਸੀਂ ਵੀ ਸਾਨੂੰ ਇਸ ਵੇਲੇ ਸਿੱਖ ਚੈਨਲ ਤੇ ਫੋਨ ਕਰਕੇ ਉਥੋਂ ਦੀ ਤਾਜੀ ਜੋ ਸਿਚੁਏਸ਼ਨ ਹੈ ਉਸ ਬਾਰੇ ਜਾਣਕਾਰੀ ਦੇ ਸਕਦੇ ਹੋ ਇਸ ਦੇ ਨਾਲ ਦਾ ਦੱਸ ਦੇ ਜਾਈਏ ਕਿ ਇੱਕ ਜੋ ਉਥੋਂ ਦਾ ਗਰਮੈਂਨ ਸੀ ਜੋ ਕਿ ਉਸ ਵੇਲੇ ਹਮਲਾ ਵਿੱਚ ਮਾਰਿਆ ਗਿਆ ਹੈ ਤੇ ਉਹਦੀ ਲੇਟੈਸਟ ਜੋ ਖਬਰ ਸਾਡੇ ਪਾਸ ਆਈ ਹੈ ਕਿ ਉਹ ਉਥੋਂ ਦਾ ਇੱਕ ਫਾਰਮਰ ਸ਼ੋਲਜਰ ਸੀ ਤੇ ਉਹਦੇ ਬਾਰੇ ਹੋਰ ساری ਜਾਣਕਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖ ਚੈਨਲ ਤੋਂ ਆਪ ਜੀ ਨੂੰ ਹੋਰੀ ਵਧੇਰੇ ਜਾਣਕਾਰੀ ਜਿਹੜੀ ਕਿ ਸਾਨੂੰ ਉਥੋਂ ਮਿਲੇਗੀ ਆਪ ਤੱਕ ਅਸੀਂ ਸਾਂਝੀ ਕਰ ਦਿੱਤੀ ਜਾਵੇ ਔਰ ਕੋਸ਼ਿਸ਼ ਇਹ ਵੀ ਕੀਤੀ ਜਾ ਰਹੀ ਹੈ ਕਿ ਅਸੀਂ ਉਥੋਂ ਲਿੰਕ ਕਰ ਸਕੀਏ ਕਿ ਲੇਟੈਸਟ ਜੋ ਪ੍ਰੈਸ ਕਾਨਫਰੰਸ ਜੋ ਕਿ ਹੋਵੇਗੀ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਤੋਂ ਪਹਿਲਾਂ ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਈਏ ਅੱਗੇ ਚੱਲੀਏ ਤੇ ਮੈਂ ਫਿਰ ਆਪ ਸਾਡਾ ਸਵਾਗਤ ਕਰਦਾ ਹਾਂ ਤੇ ਇਹਦੇ ਨਾਲ ਨਾਲ ਮੈਂ ਦੱਸਦਾ ਜਾਵਾਂ ਕਿ ਅਸੀਂ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਜੀ ਤੇ ਉਹਨਾਂ ਦੇ ਵੀ ਆਪਾਂ ਜੋ ਵਿਚਾਰਾ ਨੇ ਉਸ ਸੰਗਤਾਂ ਤੱਕ ਇਹ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਪ੍ਰਧਾਨ ਨੇ ਸਰਦਾਰ ਅਫਤਾਰ ਸਿੰਘ ਜੀ ਮੱਕੜ ਸਾਹਿਬ ਉਹਨਾਂ ਤੋਂ ਵੀ ਜਿਹੜੀਆਂ ਵਿਚਾਰਾਂ ਮਿਲੀਆਂ ਨੇ ਸਾਨੂੰ ਉਹ ਵੀ ਅਸੀਂ ਸੰਗਤਾਂ ਦੇ ਰੂਪਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਧ ਸੰਗਤ ਜੀ ਆਪ ਦੇਖਦੇ ਰਹਿਣਾ ਸਿੱਖ ਚੈਨਲ ਔਰ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਬਹੁਤ ਹੀ ਇੱਕ ਕਨੌਣੀ ਹਰਕਤ ਜੋ ਕੀਤੀ ਗਈ ਹੈ ਇਹ ਇੱਕ ਸਿੱਖਾਂ ਨੂੰ ਵਲੁੰਧ ਰਿਆ ਗਿਆ ਹੈ ਔਰ ਸਾਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਸਾਨੂੰ ਵਿਚਾਰਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ ਜਾਂ ਇਹ ਕੀ ਹੋ ਸਕਦਾ ਹੈ ਔਰ ਮੈਂ ਇਥੇ ਨਾਲ ਨਾਲ ਇੱਕ ਜੁਰ ਗੱਲ ਸਾਂਝੀ ਕਰਾਂਗਾ ਕਿ ਇਸ ਵੇਲੇ ਜਿਤਨੇ ਵੀ ਇੰਗਲੈਂਡ ਚ ਬੈਠੇ ਜਥੇਬੰਦੀਆਂ ਨੇ ਆਪਾਂ ਨੂੰ ਇੱਕ ਕੀ ਕਹਿੰਦੇ ਨੇ ਜੀ ਹਰ ਗੱਲੋਂ ਛੱਡ ਕੇ ਕੋਈ ਵੀ ਵਖਰੇਵੇਂ ਛੱਡ ਕੇ ਸਾਰੇ ਧੜਿਆਂ ਨੂੰ ਛੱਡ ਕੇ ਆਪਾਂ ਇੱਕ ਮਜ ਤੇ ਇਕੱਠੇ ਹੋ ਕੇ ਇਸ ਆਵਾਜ਼ ਨੂੰ ਬੁਲੰਦ ਕਰੀਏ ਔਰ ਇਹ ਵਿਚਾਰਾ ਲੈ ਕੇ ਆਈਏ ਕਿ ਸਾਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੀਦਾ ਇਹ ਸਾਡੇ ਲਈ ਇੱਕ ਬਹੁਤ ਚੈਲੰਜ ਭਰਾਂ ਜੋ ਸਮਾ ਹੈ ਸਾਨੂੰ ਸੋਚਣਾ ਪੈਣਾ ਹੈ ਇਹ ਵਿਚਾਰਨਾ ਪੈਣਾ ਹੈ ਤੁਸੀਂ ਕੀ ਸੋਚਦੇ ਹੋ ਤੁਹਾਡਾ ਕੀ ਨਜ਼ਰੀਆ ਹੈ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਆਪਣੇ ਵਿਚਾਰ ਦੇ ਸਾਨੂੰ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਚਾਹੀਦਾ ਹੈ ਇਹਦੇ ਵਿੱਚ ਜਿੱਥੇ ਆਪਾਂ ਸਮਝਦੇ ਆ ਕਿ ਉਹਨਾਂ ਜਿਹੜੇ ਵੀਰ ਸੀਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਡਾ ਕੀ ਨਜ਼ਰੀਆ ਹੈ ਜਾਂ ਇਸ ਜੋ ਤੇ ਕਾਂਡ ਹੋਇਆ ਹੈ ਜਾਂ ਜੋ ਇਹ ਪਾਣਾ ਵਾਪਰਿਆ ਹੈ ਇਹਦੇ ਵਿੱਚ ਕਿਹਦਾ ਜ਼ਿਆਦਾ ਕਸੂਰ ਹੈ ਸੋਚਣ ਵਾਲੀ ਲੋੜ ਹੈ ਵਿਚਾਰ ਦੀ ਲੋੜ ਹੈ ਇਹਦੇ ਵਿੱਚ ਕਿ ਅਸੀਂ ਕਿੰਨੇ ਜ਼ਿੰਮੇਵਾਰ ਆ ਆਪਾਂ ਦੂਸਰਿਆਂ ਨੂੰ ਜ਼ਰੂਰ ਕਰ ਰਹੇ ਆ ਪਰ ਸਾਨੂੰ ਆਪਣੇ ਵੱਲ ਵੀ ਝਾਤੀ ਮਾਰਨ ਦੀ ਲੋੜ ਹੈ ਆਪਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਅੱਜ ਕਿੱਥੇ ਖੜੇ ਆ ਇਹ ਕਿ ਸਾਡੇ ਚ ਵੀ ਕਮੀਆਂ ਨੇ ਇਹ ਸਾਡੀ ਕਮੀਆਂ ਕਰਕੇ ਜਾਂ ਸਾਡੀਆਂ ਕਮਜ਼ੋਰੀਆਂ ਕਰਕੇ ਇਹ ਕੰਮ ਹੋ ਰਹੇ ਨੇ ਜਾਂ ਆਉਣ ਵਾਲੇ ਸਮੇਂ ਵਿੱਚ ਹੋਣਗੇ ਜਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਵੀ ਹੋਇਆ ਕਿ ਸਾਡੀਆਂ ਕਮਜ਼ੋਰੀਆਂ ਦਾ ਸਿੱਟਾ ਨਿਕਲ ਰਿਹਾ ਹੈ ਵਿਚਾਰਨ ਦੀ ਲੋੜ ਹੈ ਸਾਧ ਸੰਗਤ ਜੀ ਤੁਸੀਂ ਸਾਡੇ ਨਾਲ ਬਹੁਤ ਸਿਆਣੇ ਹੋ ਬਹੁਤ ਸੂਝਵਾਨ ਹੋ ਸਮਝਦਾਰ ਹੋ ਔਰ ਸਾਨੂੰ ਚੰਗਿਆ ਜੀ ਰਾਵਾਂ ਦਿਵੋਗੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਇਸ ਬਾਰੇ ਜਰੂਰ ਸੋਚੋਗੇ ਵਿਚਾਰੋਗੇ ਕਿਉਂ ਕਿ ਸਿੱਖ ਚੈਨਲ ਇੱਕ ਐਸਾ ਮੰਚ ਹੈ ਜਿੱਥੇ ਆਪ ਜੀ ਨੂੰ ਇੱਕ ਪਲੇਟਫਾਰਮ ਤੇ ਖੜਾ ਕਰਨ ਵਾਸਤੇ ਇਹ ਬਾਰ-ਬਾਰ ਬੇਨਤੀ ਕਰ ਰਿਹਾ ਹੈ ਕਿ ਆਓ ਸਾਰੇ ਆਪਾਂ ਹਮਲਾ ਮਾਰੀਏ ਇੱਕ ਪਲੇਟਫਾਰਮ ਤੇ ਖੜੇ ਹੋ ਜਾਈਏ ਇੱਕ ਮੰਚ ਤੇ ਖੜੇ ਹੋ ਜਾਈਏ ਔਰ ਸਿੱਖ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਇੱਕ ਪਲੇਟਫਾਰਮ ਤੇ ਹੀ ਇੱਕ ਮੰਚ ਤੇ ਹੀ ਸਾਰੇ ਵਖਰੇਵਾਂ ਨੂੰ ਛੱਡ ਕੇ ਸਿੱਖ ਚੈਨਲ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪ ਸਾਰਿਆਂ ਨੂੰ ਬੇਨਤੀ ਕਰਦਾ ਹੈ ਜਿਸ ਤੇ ਸਿੱਖ ਚੈਨਲ ਇਸ ਕਾਨੂੰਨੀ ਹਰਕਤ ਨੂੰ ਪੰਡੈਮ ਕਰਦਾ ਹੈ ਉਹਦੇ ਨਾਲ ਆਪ ਜੀ ਦੇ ਸਹਿਯੋਗ ਦੀ ਵੀ ਮੰਗ ਕਰਦਾ ਹੈ ਕਿ ਆਓ ਸਾਰਾ ਆਪਾਂ 1 ਵਜੇ ਤੇ ਇਕੱਠੇ ਹੋਈਏ ਜਿੰਨੇ ਵੀ ਜਥੇਬੰਦੀਆਂ ਨੇ ਸਾਰਿਆਂ ਦਾ ਇਹ ਸਵਾਗਤ ਕਰਦਾ ਸਭ ਨੂੰ ਜੀ ਆਇਆਂ ਆਖਦਾ ਹਾਂ ਤੁਸੀਂ ਵੀ ਆਓ ਆਪਣੇ ਜਜ਼ੂਰ ਪ੍ਰਤੀਕੰਮਦੋ ਜਿੰਨੇ ਵੀ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਹੱਥ ਜੋੜ ਕੇ ਆਓ ਤੁਸੀਂ ਆਪਣੇ ਵਿਚਾਰ ਦਿਓ ਤੁਸੀਂ ਕੀ ਸੋਚਦੇ ਹੋ ਸਾਨੂੰ ਕੀ ਕਰਨਾ ਚਾਹੀਦਾ ਸਿੱਖ ਚੈਨਲ ਜੋ ਇਹ ਰੋਲ ਅਦਾ ਕਰ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕੰਮ ਹੈ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਸਿੱਖ ਚੈਨਲ ਤੁਹਾਡੇ ਵਾਸਤੇ ਕੀ ਕਰ ਸਕਦਾ ਹੈ ਤੇ ਆਓ ਇਸ ਤੋਂ ਪਹਿਲਾਂ ਕਿ ਆਪਾਂ ਇਸ ਵਿਚਾਰਾਂ ਨੂੰ ਹੋਰ ਗੇ ਵਿਦਾਈਏ ਤੁਹਾਡੇ ਵਿਚਾਰਾਂ ਦੀ ਵੀ ਸਾਡੇ ਲੋੜ ਹੈ ਸਹਿਯੋਗ ਦੀ ਲੋੜ ਹੈ ਪਿਆਰ ਦੀ ਲੋੜ ਹੈ ਪਹਿਲਾਂ ਆਪਾਂ ਚੱਲਦੇ ਹਾਂ ਇੱਕ ਛੋਟੇ ਜਿਹੇ ਫੁਟੇਜ ਦੇਖੀਏ ਮਿਲਦੇ ਹਾਂ ਛੋਟੇ ਜੀ ਬ੍ਰੇਕ ਤੋਂ ਬਾਅਦ